ਮੁਰਾਲੀ ਦੇ ਸੰਤ ਨਿਰੰਕਾਰੀ ਸਤਸੰਗ ਭਵਨ ਦੇ ਵਿਖੇ 10ਵਾਂ ਖੂਨਦਾਨ ਕੈਂਪ ਲਗਾਇਆ ਗਿਆ। ਇਸ ਕੈਂਪ ਦਾ ਉਦਘਾਟਨ ਡਾਕਟਰ ਸੁਚੇਤ ਸਹਿਦੇਵ, ਹੈੱਡ PGI ਅਤੇ ਸੰਤ ਨਿਰੰਕਾਰੀ ਮੰਡਲ ਦੇ ਜ਼ੋਨ ਇੰਚਾਰਜ KK ਕਸ਼ਪ ਨੇ ਆਪਣੇ ਘਰ ਕਮਲਾ ਦੇ ਨਾਲ ਕੀਤਾ। ਇਸ ਕੈਂਪ ਵਿੱਚ ਚੰਡੀਗੜ੍ਹ PGI ਦੇ ਡਾਕਟਰਾਂ ਦੀ ਟੀਮ ਨੇ 250 ਦੇ ਕਰੀਬ ਖੂਨ ਦੇ ਯੂਨਿਟ ਇਕੱਠੇ ਕੀਤੇ ਅਤੇ ਇਸ ਮੌਕੇ ਖੂਨਦਾਨ ਕਰਨ ਵਾਲਿਆਂ ਨੂੰ ਸਨਮਾਨਿਤ ਵੀ ਕੀਤਾ ਗਿਆ। ਸੰਤ ਨਿਰੰਕਾਰੀ ਸਤਸੰਗ ਭਵਨ ਕੁਰਾਲੀ ਤੇ ਇਹ 10ਵਾਂ ਬਲੱਡ ਡੋਨੇਸ਼ਨ ਕੈਂਪ ਲਗਾਇਆ ਜਾ ਰਿਹਾ ਹੈ। ਸਤਿਗੁਰੂ ਮਾਤਾ ਸੁਰਿੰਦਰ ਹਰਦੇਵ ਜੀ ਮਹਾਰਾਜ ਦੀ ਛਤਰ ਛਾਇਆ ਥੱਲੇ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਵੱਲੋਂ ਵਿਸ਼ਵ ਭਰ ਦੇ ਵਿੱਚ ਸੰਨ 1980 ਤੋਂ ਬਾਅਦ ਇਹ ਕੈਂਪ ਲਗਾਏ ਜਾ ਰਹੇ ਹੈ, ਜਿਨ੍ਹਾਂ ਵਿੱਚ ਲੱਖਾਂ ਯੂਨਿਟ ਅੱਜ ਤੱਕ ਨਿਰੰਕਾਰੀ ਮਿਸ਼ਨ ਵੱਲੋਂ ਬਲੱਡ ਡੋਨੇਟ ਕੀਤਾ ਗਿਆ। ਇਸੇ ਲੜੀ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਕੁਰਾਲੀ ਦੇ ਵਿੱਚ ਵੀ ਇਹ ਕੈਂਪ ਲੱਗ ਰਿਹਾ ਹੈ। ਸੋ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਇਹ ਨਿਵੇਦਨ ਵੀ ਕੀਤਾ ਗਿਆ ਸੀ ਕਿ ਸਾਰੇ ਸਹਿਯੋਗ ਕਰਨ ਅਤੇ ਇਹ ਮਿਲਵਰਤਨ ਨਾਲ ਮਾਨਵ ਮਾਤਰ ਦੀ ਜਿਹੜੀ ਸੇਵਾ ਨਿਰੰਕਾਰੀ ਮਿਸ਼ਨ ਕਰ ਰਿਹਾ ਹੈ। ਖੂਨਦਾਨ ਕਰਕੇ ਬਹੁਤ ਹੀ ਮਨ ਨੂੰ ਖੁਸ਼ੀ ਮਹਿਸੂਸ ਹੁੰਦੀ ਹੈ। ਇੱਕ ਇਹੀ ਚੀਜ਼ ਹੈ ਜਿਹੜੀ ਇਨਸਾਨ ਤੋਂ ਇਨਸਾਨ ਦੇ ਕੰਮ ਆਉਂਦੀ ਹੈ। ਇਨਸਾਨੀਅਤ ਨੂੰ ਬਚਾਉਣ ਵਾਸਤੇ ਖੂਨਦਾਨ, ਜੋ ਸਤਿਗੁਰੂ ਬਾਬਾ ਜੀ ਦਾ ਆਦੇਸ਼ ਹੈ, ਖੂਨ ਨਾੜੀਆਂ ਵਿੱਚ ਬਹਿਣਾ ਚਾਹੀਦਾ, ਨਾਲੀਆਂ ਵਿੱਚ ਨਹੀਂ ਬਹਿਣਾ ਚਾਹੀਦਾ। ਹੁਣ ਤੱਕ ਮੇਰਾ 45 ਵਾਰੀ ਬਲੱਡ ਡੋਨੇਟ ਹੋ ਚੁੱਕਿਆ ਅਤੇ ਬਹੁਤ ਖੁਸ਼ੀ ਹੁੰਦੀ ਹੈ। ਬੱਚੇ ਵੀ ਅੱਗੇ ਵਾਸਤੇ ਸਾਰੇ ਬਲੱਡ ਡੋਨੇਟ ਨਾਲ ਜੁੜੇ ਹੋਏ ਹਨ। ਕੁਰਾਲੀ ਤੋਂ ਡੇਵਿਡ ਵਰਮਾ ਦੀ ਰਿਪੋਰਟ, ਚੈਨਲ 2।